ਅੱਜ ਦੇ ਇਸ ਖੁਸ਼ੀ ਦੇ ਸਮੇਂ ਤੇ ਸਭ ਇਕੱਤਰ ਹੋਏ ਹੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਸਤ ਸੰਗਤ ਬ੍ਰਹਿਮੰਡ, ਕਿੰਨਾ ਉੱਚਾ ਦਰਜਾ ਸਤ ਸੰਗਤ ਦਾ ਗੁਰਬਾਣੀ ਦੇ ਵਿੱਚ ਹੈ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰੇ। ਸੂਹੀ ਰਾਗ ਦੇ ਵਿੱਚ ਜਿਤਨੇ ਵੀ ਵਿਆਹ ਦੇ ਸੰਬੰਧਿਤ ਸ਼ਬਦ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੇ ਨੇ, ਸੰਗੀਤ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਕਹਿੰਦੇ ਨੇ ਧੰਨ ਉਹ ਬੰਦਾ ਜਿਹੜਾ ਕੰਮ ਧੰਦਾ ਕਰਦਾ ਵੀ ਲੇਖੇ ਵਿੱਚ ਲਾਈ ਜਾਂਦਾ ਆਪਣਾ ਹਰ ਇੱਕ ਸਵਾਸ। ਆਦੀਆਂ ਵਿਆਹੀਆਂ ਉਪਾਧੀਆਂ ਨਾ ਨੇੜੇ ਆਉਣ, ਢੁੱਕਦੇ ਨੀ ਦੁੱਖ ਨੇੜੇ ਦੂਰ ਰਹਿੰਦੇ ਸੁੱਖ ਪਾਸ। ਜਿਹੜਾ ਮੱਥਾ ਆ ਕੇ ਗੁਰਚਰਨਾਂ ਤੇ ਝੁੱਕ ਜਾਂਦਾ, ਰਹਿੰਦੀ ਨਹੀਂ ਕੋਈ ਉਹਦੇ ਦਿਲ ਦੀ ਅਧੂਰੀ ਆਸ। ਧੰਨ ਉਹ ਜ਼ਬਾਨ ਜਿਸ ਕੋਮਲ ਜ਼ਬਾਨ ਵਿੱਚੋਂ ਵਾਰ ਵਾਰ ਨਿਕਲਦਾ ਹੈ ਧੰਨ ਗੁਰੂ ਨਾਮ। ਆਨੰਦ ਕਾਰਜ ਵੀ ਜੋ ਇਹ ਰਸਮ ਹੀ ਨਹੀਂ, ਆਨੰਦ ਕਾਰਜ ਇੱਕ ਬਹੁਤ ਵੱਡਾ ਇੰਸਟੀਟਿਊਸ਼ਨ ਹੈ। ਇਸ ਆਨੰਦ ਦੇ ਲਈ ਇੱਥੇ ਕਿੱਦਾਂ ਪਹੁੰਚਣਾ ਇਹ ਗੁਰਬਾਣੀ ਸਾਨੂੰ ਦੱਸਦੀ ਹੈ। ਕਿਉਂਕਿ ਇਨਸਾਨ ਬੜੇ ਝੁਰੇੜਿਆਂ ਦੇ ਵਿੱਚ, ਇਨਸਾਨ ਬੜੀਆਂ ਔਕੜਾਂ ਦੇ ਵਿੱਚ ਤੁਰਿਆ ਜਾਂਦਾ, ਪਰ ਜਦੋਂ ਅਸੀਂ ਆਨੰਦ ਨੂੰ ਪ੍ਰਾਪਤ ਕਰਨਾ, ਕਿਉਂਕਿ ਇੱਥੇ ਵਿਆਹ ਵੀ ਨਹੀਂ ਕਿਹਾ, ਸ਼ਾਦੀ ਵੀ ਨਹੀਂ ਕਹੀ, ਗੁਰੂ ਸਾਹਿਬ ਨੇ ਆਨੰਦ ਕਾਰਜ ਕਹਿ ਦਿੱਤਾ। ਉਸ ਆਨੰਦ ਨੂੰ ਪਹੁੰਚਣ ਦੇ ਲਈ ਸਾਨੂੰ ਅਰਦਾਸ ਦੀ ਲੋੜ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨ ਦੀ ਲੋੜ। ਅਰਦਾਸ ਹੋਈ ਹੋਣੇ ਹੋਣੇ ਇਹ ਇੱਕ ਫਾਰਸੀ ਤੋਂ ਨਿਕਲਿਆ ਸ਼ਬਦ, ਇਸ ਨੂੰ ਅਰਦਾਸ ਆਰਜ ਦਸ, ਕਿਸੇ ਦੇ ਅੱਗੇ ਪ੍ਰਾਰਥਨਾ ਕਰਨੀ, ਕਿਸੇ ਦੇ ਅੱਗੇ ਅਰਜੋਈ ਕਰਨੀ, ਤੇ ਉਸ ਨੂੰ ਅਸੀਂ ਅਰਦਾਸ ਲਫ਼ਜ਼ ਦੇ ਵਿੱਚ ਲਿਆਂਦਾ। ਵਿਦਵਾਨਾਂ ਨੇ ਅਰਦਾਸ ਦੇ ਵੀ ਜਿਹੜੇ ਚਾਰ ਅੱਖਰ ਨੇ ਇਹਨਾਂ ਦਾ ਵੀ ਕੁਝ ਹੋਰ ਅੱਗੇ ਜਾ ਕੇ ਇਹ ਗੱਲ ਆਖੀ ਹੈ ਕਿ ਅਰਦਾਸ ਕਰਨੀ ਕਿਹਦੇ, ਅਰਦਾਸ ਕਹਿੰਦੇ ਕਿਹਨੂੰ। ਅਸੀਂ ਤੇ ਅਰਦਾਸ ਕਰਨ ਲੱਗੇ, ਮਾਫ਼ ਕਰਨਾ, ਕਈਆਂ ਦੇ ਹੱਥ ਥੱਲੇ ਸਿੱਟੇ ਹੁੰਦੇ ਆ, ਕੋਈ ਐਂ ਕਰਕੇ ਖੜਾ ਹੁੰਦਾ। ਜੇ ਹੱਥ ਜੋੜ ਕੇ ਅਸੀਂ ਅਰਦਾਸ ਦੇ ਸਾਹਮਣੇ ਖੜੀ ਹੋਏ, ਆਪਣੇ ਮਨ ਨੂੰ ਇਕਾਗਰ ਕਰਕੇ ਖੜੇ ਹੋਈਏ, ਤੇ ਫਿਰ ਸਾਡੀ ਅਰਦਾਸ ਵੀ ਪੂਰੀ ਹੋਵੇ। ਅਰਦਾਸ ਕਰਨੀ ਕਿਹਦੇ ਅੱਗੇ ਹੈ, ਇਹ ਚਾਰ ਅੱਖਰ ਨੇ। ਐੜੇ ਦੇ ਨਾਲ ਉਹ ਅੰਤਰ ਜਾਮੀ ਜਿਹੜੀ ਸਾਡੀ ਗੱਲ ਨੂੰ ਸਮਝਦਾ, ਸਾਡੀ ਹਰ ਗੱਲ ਨੂੰ ਸਮਝਦਾ ਹੋਵੇ, ਉਹਦੇ ਅੱਗੇ ਅਰਦਾਸ ਕਰ ਸਕਦੇ ਨੇ। ਦੂਸਰਾ ਅੱਖਰ ਹੈ ਰਾਣਾ, ਉਹ ਸਾਡੀ ਰਖਵਾਲੀ ਵੀ ਕਰ ਸਕਦਾ ਹੋਵੇ। ਤੇ ਦੱਦੇ ਨੂੰ ਕਰਨਾ ਹੈ, ਉਹ ਸਾਨੂੰ ਦਾਤਾ ਵੀ ਦਿੰਦਾ ਹੋਵੇ, ਦਾਤਾਰ ਹੋਵੇ, ਤੇ ਸੱਸੇ ਦੇ ਨਾਲ ਉਹ ਸਾਡਾ ਸਹਾਰਾ ਵੀ ਬਣੇ। ਜੇ ਇਹਨੇ ਗੁਣ ਹੋਣਗੇ ਤੇ ਫਿਰ ਹੀ ਅਰਦਾਸ ਸਾਡੀ ਕਬੂਲ ਹੋਏਗੀ। ਅਸੀਂ ਤਾਂ ਕਦੀ ਕਿਸੇ ਮੜੀ ਦੇ ਮੋਹਰੇ ਤੁਰ ਪੈਂਦੇ ਹਾਂ, ਕਦੀ ਅਸੀਂ ਗਾਤਰੇ ਪਾਏ ਹੁੰਦੇ, ਕਦੀ ਕਿਸੇ ਪਾਸੇ ਤੁਰੇ ਪੈਂਦੇ ਹਾਂ। ਗੁਰਬਾਣੀ ਤਾਂ ਸਾਨੂੰ ਕਹਿੰਦੀ ਹੈ, ਰਹੇ ਬਿਬਾਣੀ ਮੜੀ ਵਸਾਣੀ, ਅੱਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟ ਹੈ ਸੋ ਸੁਖ ਪਾਏ ਹਰ ਕਾ ਨਾਮ ਆਨੰਦ। ਪਰ ਅਸੀਂ ਹਲੇ ਸਿੱਖ ਹੀ ਨਹੀਂ ਬਣ ਸਕੇ, ਕਿੰਨੀ ਅਫਸੋਸ ਦੀ ਗੱਲ। ਅੱਜ ਇਹ ਆਨੰਦ ਕਾਰਜ ਇਹ ਕੁਦਰਤ ਢਾਲੀ ਭਾਗਾ ਵਾਲੀ ਨਰ ਨਾਰੀ ਦੀ ਸੁੰਦਰ ਜੋੜੀ, ਇਹਨਾਂ ਦੇ ਉੱਚੇ ਮਕਸਦ ਗਰਦਨ ਨੀਵੀਂ, ਮਿੱਠ ਦਬੋਤੀ ਆਕੜ ਥੋੜੀ, ਪਿਆਰ ਨਿਮਰਤਾ ਨੇਕੀ ਸੇਵਾ, ਸੱਚਾਈ ਤੇ ਦਇਆ ਗਰੀਬੀ, ਇਹਨਾਂ ਸੱਤਾਂ ਸਿਰਤਾਂ ਵਾਲੀ ਜੋੜੀ ਜੁਗ ਜੁਗ ਜੀਵੇ ਜੁਗਾਂ। ਇਹ ਗੁਣ ਅੰਦਰ ਪੈਦਾ ਕਰਨੇ ਪੈਣੇ, ਜਦੋਂ ਦੋਹਾਂ ਦਿਲਾਂ ਦੀ ਧੜਕਣ ਸਾਂਝੀ ਹੋ ਜਾਏਗੀ, ਜੋ ਦੋਹਾਂ ਦੇ ਖਿਆਲ ਮਿਲਣੇ ਸ਼ੁਰੂ ਹੋ ਜਾਣਗੇ, ਜਦੋਂ ਇੱਕ ਦੂਸਰੇ ਦੀ ਗੱਲ ਨੂੰ ਸਮਝਣ ਲੱਗਣਗੇ, ਜੋਤ ਫਿਰ ਆਏਗੀ, ਧੰਨ ਫਿਰ ਇਹ ਨਾ ਆਕੇ ਪਹਿਣ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ। ਉਹ ਜੋਤ ਲਿਆਉਣ ਦੇ ਲਈ ਬੜਾ ਸਮਾਂ ਲੱਗੇ, ਇਹ ਸਿਰਫ ਕਹਿਣ ਦੀ ਹੀ ਗੱਲ ਨਹੀਂ। ਇਸ ਜੋਤ ਨੂੰ ਲਿਆਉਣ ਦੇ ਲਈ
ਕਈ ਤਾਂ ਮਾੜੀ ਜਿਹੀ ਗੱਲ ਹੁੰਦੀ ਹੈ ਝਗੜਾ ਸ਼ੁਰੂ ਕਰਕੇ ਬਹਿ ਜਾਂਦੇ ਨੇ, ਤੇ ਅੰਗਰੇਜ਼ੀ ਵਾਲਾ ਕਹਿੰਦਾ ਡੋਂਟ ਪ੍ਰੋਟੈਸਟ ਬਟ ਐਡਜਸਟ, ਆਪਣੇ ਆਪ ਨੂੰ ਐਡਜਸਟ ਕਰ ਲੈਂਦਾ। ਇਸ ਤਰ੍ਹਾਂ ਦੂਸਰੇ ਪਾਸੇ ਨੂੰ ਜ਼ਿੰਦਗੀ ਢਲਾਈ ਜਾਏਗੀ, ਫਿਰ ਉਹ ਆਨੰਦ ਬਣੇਗਾ। ਜਦੋਂ ਉਹ ਆਨੰਦ ਬਣ ਜਾਏਗਾ ਤੇ ਫਿਰ ਗੱਲ ਆਏਗੀ ਧੰਨ ਤੇਰੇ ਨਾ ਆਖੀਏ ਬਹਿਣ ਇਕੱਠੇ ਹੋ, ਉਸ ਪਾਸੇ ਨੂੰ ਆਨੰਦ ਲਿਆਉਣਾ, ਫਿਰ ਉਹ ਆਨੰਦ ਕਾਰਜ ਸਾਡਾ ਸੰਪੂਰਨ ਹੋਵੇਗਾ ਤੇ ਫਿਰ ਅਸੀਂ ਉਹ ਨੂੰ ਤੁਰਾਂਗੇ। ਤੇ ਕਿਉਂਕਿ ਲੜ ਜੇ ਅਸੀਂ ਲੱਗਾਂਗੇ ਗੁਰੂ ਗ੍ਰੰਥ ਸਾਹਿਬ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਨਨ ਗੁਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ। ਇਸ ਗੱਲ ਨੂੰ ਜਦੋਂ ਅਸੀਂ ਸਮਝਣਾ ਸ਼ੁਰੂ ਕਰ ਦਿਆਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਕੁਦਰਤੀ ਤੌਰ ਤੇ ਆਨੰਦ ਆਉਣਾ ਸ਼ੁਰੂ ਹੋ ਗਿਆ। ਜਦੋਂ ਆਨੰਦ ਆਉਣਾ ਸ਼ੁਰੂ ਹੋ ਗਿਆ ਸਾਡੇ ਵਿੱਚ ਤੇ ਫਿਰ ਸਮਝ ਲਓ ਅਸੀਂ ਸਮਝ ਗਏ ਕਿ ਆਨੰਦ ਕਾਰਜ ਹੁੰਦਾ ਹੈ। ਪਤੀ ਇਸਤਰੀ ਉਹਨਾਂ ਨੂੰ ਆਖਦੇ ਨੇ ਪਿਆ ਕਦੇ ਨਾ ਜਿਹਨਾਂ ਦਾ ਫਿੱਕ ਹੋਵੇ, ਚੱਕਵੀ ਚੱਕਵੇ ਵਾਂਗ ਪ੍ਰੀਤ ਹੋਵੇ ਇੱਕ ਦੂਜੇ ਨੂੰ ਮਿਲਣ ਦੀ ਸਿੱਖ ਹੋਵੇ। ਚੱਕਵੀ ਔਰ ਚੱਕਵੇ ਦੀ ਪੀਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਚੱਕਵੀ ਜੋ ਨਿਸ ਵਿਸਰੇ ਆਏ ਮਿਲੇ ਪ੍ਰਭਾਤ, ਜੋ ਨਰ ਵਿਸਰੇ ਰਾਮ ਸੇ ਨਾ ਦਿਨ ਮਿਲੇ ਨਾ। ਚੱਕਵੀ ਚੱਕਵੇ ਵਾਂਗ ਪ੍ਰੀਤ ਹੋਵੇ ਇੱਕ ਦੂਜੇ ਨੂੰ ਮਿਲਣ ਦੀ ਸਿੱਖ ਹੋਵੇ, ਦੋਹਾਂ ਦਿਨਾਂ ਚੋਂ ਪਿਆਰ ਦੀ ਵਹੇ ਗੰਗਾ ਇੱਕ ਦੂਸਰੇ ਤੇ ਰਿਹਾ ਵਿੱਕ ਹੋਵੇ, ਬਾਹਰੋਂ ਬੁੱਧ ਲੋਕ ਹੋਣ ਲੱਗ ਸੀ ਭਾਵੇਂ ਅੰਦਰੋਂ ਜੋਤ ਦੋਹਾਂ ਦੀ ਇੱਕ। ਉਸ ਪਾਸੇ ਜਾਣ ਦੇ ਲਈ ਸਾਨੂੰ ਬੜਾ ਕੰਮ ਕਰਨਾ ਪੈਂਦਾ ਹੈ। ਆਮ ਤੌਰ ਤੇ ਅਸੀਂ ਇਹੀ ਗੱਲ ਕਰਦੇ ਹਾਂ ਕਿ ਬੱਚੀਆਂ ਨੂੰ ਲੜਕੀਆਂ ਨੂੰ ਸਿੱਖਿਆ ਦਿੰਦੇ ਹਾਂ ਤੇ ਲੜਕੀਆਂ ਨੂੰ ਬਹੁਤ ਘੱਟ ਕਹਿੰਦੇ ਹਾਂ। ਆਮ ਤੌਰ ਤੇ ਧਾਰਮਿਕ ਸਟੇਟ ਤੋਂ ਇਹ ਵੀ ਕਿਹਾ ਜਾਂਦਾ ਜੀ ਲੜਕੇ ਪੜ੍ਹੇ ਲਿਖੇ ਹੈਗੇ ਇਹਨਾਂ ਨੂੰ ਸਿੱਖਿਆ ਦੇਣ ਦੀ। ਮਾਫ਼ ਕਰਨਾ, ਕਿਸੇ ਸਬਜੈਕਟ ਦੇ ਵਿੱਚ ਡਿਗਰੀ ਲੈ ਲੈਣੀ ਉਹਦੇ ਵਿੱਚ ਆਪਣੇ ਆਪ ਨੂੰ ਐਕਸਪਰਟ ਬਣ ਜਾਣਾ ਬਹੁਤ ਵੱਡੀ ਗੱਲ, ਪਰ ਜਿਹੜੀ ਸਿੱਖਿਆ ਗੁਰੂ ਕਰਦੀ ਹੈ, ਜਿਹੜੀ ਸਿੱਖਿਆ ਸਾਨੂੰ ਲੈਣ ਦੀ ਲੋੜ ਹੈ ਉਹ ਇਹਨਾਂ ਸਟੇਜਾਂ ਤੋਂ ਹੀ ਮਿਲਣੀ ਹੈ, ਉਹ ਯੂਨੀਵਰਸਿਟੀ ਤੋਂ ਮਿਲੇਗੀ ਜੇ ਉਸ ਪਾਸੇ ਨੂੰ ਅਸੀਂ ਰਿਲੀਜੀਅਸ ਸਟੱਡੀ ਕਰਾਂਗੇ ਤਾਂ। ਔਰ ਇਹਦੇ ਜੀਵਨ ਮਾਰਗ ਤੇ ਇੱਕ ਐਸਾ ਵੀ ਆ ਜਾਂਦਾ ਹੈ ਜਿੱਥੇ ਕਾਇਆ ਬਦਲੀ ਜਾਂਦੀ ਹੈ, ਜੀਵਨ ਪਲਟਾਇਆ ਜਾਂਦਾ ਹੈ, ਮੋਹ ਛੱਡ ਕੇ ਭੈਣਾਂ ਵੀਰਾਂ ਦਾ ਸੁੱਖ ਪਿਓ ਦੀਆਂ ਠੰਡੀਆਂ ਛਾਵਾਂ ਦਾ ਇੱਕ ਸਾਥੀ ਚੁਣਨਾ ਪੈਂਦਾ ਹੈ, ਛੱਡ ਲਾਣ ਲਿਖੀਆਂ ਮਾਵਾਂ ਦਾ ਅਲਵੇਲਾ ਜੀਵਨ ਪੇਕਿਆਂ ਦਾ ਕਿਸੇ ਆਹਰੇ ਲਾਉਣਾ ਪੈਂਦਾ ਹੈ, ਦਿਲ ਭੇਟਾ ਕਰਕੇ ਸਾਥੀ ਨੂੰ ਜਿੱਦਾਂ ਅਪਣਾਉਣਾ ਪੈਂਦਾ ਹੈ ਕਾਨੂੰਨ ਹੈ, ਕਿਉਂਕਿ ਕੁਦਰਤ ਦਾ ਮੇਰੇ ਸਾਥੀ ਜੀਣਾ ਜੀਣਾ ਨਹੀਂ, ਮੇਰੇ ਸਾਥੀ ਖਾਣਾ ਖਾਣਾ ਨਹੀਂ, ਮੇਰੇ ਸਾਥੀ ਪੀਣਾ ਪੀਣਾ। ਔਰ ਦੇ ਦਿਲ ਦੀ ਕੁਦਰਤ ਨੇ ਜਿਸ ਵੇਲੇ ਬੰਦ ਬਣਾਈ ਸੀ ਇੱਕ ਦਾਮ ਪਿਆਰੇ ਸਾਥੀ ਦੀ, ਇਸ ਵਿੱਚ ਉਦੋਂ ਹੀ ਪਾਈ ਸੀ ਹੈ ਖੁਸ਼ੀਆਂ ਦੀ ਸਰਤਾਜ ਖੁਸ਼ੀ, ਤੇ ਸਭ ਤੋਂ ਚੰਗੀ ਕਿਸਮਤ ਹੈ ਇੱਕ ਐਸਾ ਸਾਥੀ ਮਿਲ ਜਾਣਾ ਕੁਦਰਤ ਦੀ ਵੱਡੀ ਨਿਮਤ, ਪਰ ਮਿਲ ਜਾਣਾ ਹੀ ਕਾਫੀ ਨਹੀਂ, ਇੱਕ ਮੇਰੀ ਗੱਲ ਵੀ ਯਾਦ ਰਵੇ ਇਸ ਰਿਸ਼ਤੇ ਵਿੱਚ ਲਾਜ਼ਮ ਹੈ, ਪਲ ਪਲ ਵਿੱਚ ਸਵਾਲ ਰਵੇ। ਇਸ ਦੁਨੀਆ ਦੀ ਮੰਡੀ ਵਿੱਚ ਦਿਲ ਦਏ ਬਿਨਾਂ ਕੁਝ ਮਿਲਦਾ ਨਹੀਂ, ਆਪਣਾ ਦਿਲ ਤਦ ਤੱਕ ਖਿਲਦਾ ਨਹੀਂ ਜਦ ਤੱਕ ਸਾਥੀ ਦਾ ਦਿਲ ਖਿਲਦਾ ਨਹੀਂ। ਜਿਹਨੇ ਸਾਥੀ ਦੇ ਦਿਲ ਨੂੰ ਸਮਝ ਲਿਆ ਉਹਨੇ ਸਵਰਗ ਦੇ ਸੁੱਖ ਨੂੰ ਮਾਣ ਲਿਆ, ਜਿਹਨੇ ਸਾਥੀ ਦੇ ਦਿਲ ਨੂੰ ਜਾਣ ਲਿਆ ਸਮਝ ਲਓ ਉਸਨੇ ਰੱਬ ਨੂੰ ਜਾਣ। ਅੱਜ ਇਸ ਸਮਾਗਮ ਦੇ ਵਿੱਚ ਇਸ ਆਨੰਦ ਕਾਰਜ ਦੇ ਵਿੱਚ ਸਾਡੇ ਮਹਾਨ ਪੰਥ ਰਤਨ ਜੀ ਕਹਿ ਲਈਏ, ਵਾਹਿਗੁਰੂ ਦੀ ਅਪਾਰ ਕਿਰਪਾ ਹੈ ਉਹਨਾਂ ਦੇ ਉੱਤੇ, ਗੁਰੂ ਨਿਸ਼ਕਾਮ ਸੇਵਕ ਤਥਾ ਜੋ ਉਹਨਾਂ ਦੇ ਸੰਚਾਲਕ ਨੇ ਭਾਈ ਸਾਹਿਬ ਜੀ, ਜਦੋਂ ਮੈਂ ਕਦੇ ਇਹਨਾਂ ਦੇ ਦਰਸ਼ਨ ਕਰਦਾ, ਕਦੀ ਇਹਨਾਂ ਦੀ ਸਮਾਂ ਮਿਲੇ ਤੇ ਸੰਗਤ ਕਰਨ ਦਾ ਸਮਾਂ ਮਿਲਦਾ, ਕਿਉਂਕਿ ਜੋ ਅਗਵਾਈ ਸਿੱਖ ਜਗਤ ਨੂੰ ਇਹ ਦੇ ਸਕਦੇ ਨੇ ਇਸ ਵੇਲੇ, ਮੇਰੀ ਨਜ਼ਰਾਂ ਦੇ ਵਿੱਚ ਕੋਈ ਐਸਾ ਹੋਰ ਪੁਰਸ਼ ਇਨਸਾਨ ਨਹੀਂ ਦਿਸ ਰਿਹਾ, ਕਿਉਂਕਿ ਇਹ ਇੱਕ ਸਾਰਗਿਰੀ ਹੈ, ਇਹ ਇੱਕ ਤਿਆਗਤਾ ਹੈ, ਇਹ ਇੱਕ ਆਪਣੇ ਆਪ ਨੂੰ ਗੁਰੂ ਪੰਥ ਦੇ ਹਵਾਲੇ ਕਰਨ ਵਾਲੀ ਗੱਲ ਹੈ। ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ, ਡਾਇਮੰਡ ਨੂੰ ਕਿਸੇ ਨੇ ਉਹਦੇ ਵਿੱਚ ਹਾਕ ਕੱਟਣਾ ਹੋਵੇ ਤਾਂ ਉਹ ਤੇ ਸਪੈਸ਼ਲ ਬੰਦਾ ਚਾਹੀਦਾ। ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ, ਕਿਸੇ ਇਲਮ ਦਾ ਔਖਾ ਉਸਤਾਦ ਹੋਣਾ, ਸੁੱਖ ਗ੍ਰਸਤ ਦਾ ਛੱਡਣਾ ਬੜਾ ਔਖਾ, ਔਖਾ ਦੇਸ਼ ਲਈ ਮਿਟਣਾ ਬਰਬਾਦ ਹੋਣਾ, ਬੁਲਬੁਲ ਵਾਂਗ ਗੁਲਾਮੀ ਦੇ ਪਿੰਜਰੇ ਚੋਂ ਹੈ ਗੁਲਾਮ ਲਈ ਔਖਾ ਆਜ਼ਾਦ ਹੋਣਾ, ਗੱਲਾਂ ਸਾਰੀਆਂ ਕੋਮਲਾਂ ਔਖੀਆਂ ਨੇ ਪਰ ਸਭ ਤੋਂ ਔਖਾ ਹੈ। ਭਾਈ ਸਾਹਿਬ ਲਈ
ਕਿੱਥੋਂ ਮੈਂ ਲਫ਼ਜ਼ ਲੱਭਾਂ ਮੂੰਹ ਕੇ ਚਾਨਣ ਚਮਕੇ ਮਿਹਰਬਾਨੀਆਂ ਦੇ ਜਿਹੜੇ ਜੂਜ ਨੇ ਪੰਥ ਦੀ ਸ਼ਾਨ ਬਦਲੇ ਸੂਰਜ ਚਮਕਦੇ ਉਹਨਾਂ ਜਵਾਨੀਆਂ ਦੇ ਸਦਕੇ ਉਹਨਾਂ ਤੋਂ ਸਾਰਾ ਜਹਾਨ ਹੁੰਦਾ ਪੁਤਲੇ ਹੁੰਦੇ ਨੇ ਜਿਹੜੇ ਕੁਰਬਾਨੀਆਂ ਦੇ ਭਾਈ ਸਾਹਿਬ ਵਰਗੇ ਜਿੱਥੇ ਹੋਣ ਦਾਨੀ ਮੁੜ ਪੈ ਜਾਂਦੇ ਉੱਥੇ ਦਾਨੀ ਭਾਈ ਸਾਹਿਬ ਨੇ ਪਿਆਰ ਤੇ ਸਹੀ ਬੰਧੀ ਆਪਣੇ ਸੱਜਣਾ ਤੇ ਤਨ ਮਨ ਮਾਰਦੇ ਨੇ ਨੇਕੀ ਬਾਂਧਣਾ ਨਰ ਸੁਭਾਅ ਐਸਾ ਮਿੱਠੇ ਬੋਲ ਕਹਿ ਕੇ ਸੀਨਾ ਠਾਰਦੇ ਨੇ ਮੱਥੇ ਉੱਤੇ ਹੈ ਸੂਰਜ ਦਿਆਲਤਾ ਦਾ ਕੈਸੇ ਸੁੱਖ ਜਲ ਕੇ ਇਹਨਾਂ ਦੇ ਪਿਆਰ ਦੇ ਨੇ ਦਰ ਤੋਂ ਖਾਲੀ ਸਵਾਲੀ ਨਹੀਂ ਜਾਣ ਦਿੰਦੇ ਹਰ ਇੱਕ ਨੂੰ ਪੂਰਾ ਇਹ ਸਤਿਕਾਰ ਦੇ ਇਹਨਾਂ ਦੀ ਅੱਜ ਮਿਹਰ ਵਾਹਿਗੁਰੂ ਦੀ ਮਿਹਰ ਦਾ ਸਦਕਾ ਇਹਨਾਂ ਨੇ ਇੱਥੇ ਦਰਸ਼ਨ ਦਿੱਤੇ ਨੇ ਸਰਦਾਰ ਸਾਹਿਬ ਸਰਦਾਰ ਸੋਹਣ ਸਿੰਘ ਜੀ ਬੇਟੀ ਦਾ ਪਰਿਵਾਰ ਬੀਬੀ ਦਲਜੀਤ ਕੌਰ ਅੱਜ ਉਹਨਾਂ ਦੀ ਪੋਤਰੀ ਸੰਤ ਬਾਬਾ ਪੂਰਨ ਸਿੰਘ ਜੀ ਉਹਨਾਂ ਦੀ ਗੋਦੀ ਤੋਂ ਕਹਾ ਗ੍ਰੈਂਡ ਪੁੱਤਰੀ ਸਾਨੂੰ ਕਹਿ ਸਕਦੇ ਹਾਂ ਕਿ ਉਹ ਪਰਿਵਾਰ ਹੈ ਜਿਹਨਾਂ ਦਾ ਅੱਜ ਇਹ ਵਿਆਹ ਹੈ ਦੂਸਰੇ ਪਾਸੇ ਸਰਦਾਰ ਜਸਵੰਤ ਸਿੰਘ ਜੀ ਕਟੌੜਾ ਸਾਹਿਬ ਸਰਦਾਰ ਜਨੈਲ ਸਿੰਘ ਜੀ ਚਾਨਾ ਸਾਰਾ ਹੀ ਪਰਿਵਾਰ ਸਰਦਾਰ ਸਵਰਨ ਸਿੰਘ ਜੀ ਜੋ ਅੱਜ ਆਪਣੇ ਵਰਖਦਾਰ ਜਤਿੰਦਰ ਸਿੰਘ ਨੂੰ ਇਸ ਆਨੰਦ ਕਾਰਜ ਤੇ ਵਿਆਹਣ ਦੇ ਲਈ ਆਏ ਨੇ ਮੈਂ ਸਾਰੇ ਹੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਇਸ ਖੁਸ਼ੀ ਦੇ ਵਿੱਚ ਸਾਰਿਆਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਜੋ ਸਹਿਯੋਗ ਬਖਸ਼ਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਬਹੁਤ ਧੰਨਵਾਦ ਇਸ ਸੰਸਥਾ ਦੀ ਪ੍ਰਬੰਧਕ ਕਮੇਟੀ ਜਿਹਨਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਬੜੇ ਹੀ ਸੁਚੱਜੇ ਢੰਗ ਦੇ ਨਾਲ ਸਾਰਾ ਪ੍ਰੋਗਰਾਮ ਨਿਭਾਇਆ ਹੈ ਮੈਂ ਦੂਸਰੀ ਵਾਰੀ ਇਸ ਸੰਸਥਾ ਆਇਆ ਹਾਂ ਸਤਸੰਗ ਦੇ ਦਰਸ਼ਨ ਸੇਵ ਤੋਂ ਕਰਨ ਦਾ ਮੌਕਾ ਮਿਲਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਰਾਗੀ ਜਥੇ ਦਾ ਜਿਹਨਾਂ ਨੇ ਮਨੋਹਰ ਕੀਰਤਨ ਬੜੇ ਪਿਆਰ ਦੇ ਨਾਲ ਵਜੇ ਦੇ ਵਿਚਾਰ ਕੇ ਕੀਰਤਨ ਕੀਤਾ ਜਿਸ ਦੇ ਕੋਲ ਕੀਰਤਨ ਹੋਵੇ ਮਹਾਰਾਜ ਕਹਿੰਦੇ ਨੇ ਉਹ ਧੰਨ ਹੈ ਇਹ ਧੰਨ ਨੇ ਜਿਹਨਾਂ ਨੇ ਗੁਰਬਾਣੀ ਦੇ ਨਾਲ ਸਾਰੀ ਸੰਗਤ ਨੂੰ ਜੋੜਿਆ ਹੈ ਮੈਂ ਦੋਹਾਂ ਜੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਕੁਝ ਬਣ ਕਰ ਦੱਸ ਕਿਹਾ ਗਿਆ ਹੋਵੇ ਮੈਨੂੰ ਜ਼ਰੂਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ